ਹੁਣ ਗੱਲ ਉਸ ਸ਼ਖਸ ਦੀ ਕਰਦੇ ਹਾਂ ਜਿਸ ਨੇ ਵਿਦੇਸ਼ਾਂ 'ਚ ਆਪਣਾ ਨਾਂ ਚਮਕਾਇਆ, ਜਿਸ ਨੇ ਦੁਨੀਆ ਦੇ ਸਭ ਤੋਂ ਵੱਡੇ ਟੈਲੈਂਟ ਸ਼ੋਅਜ਼ 'ਚ ਆਪਣਾ ਹੁਨਰ ਵਿਖਾਇਆ, ਅਤੇ ਹੁਣ ਉਹੀ ਸ਼ਖਸ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਜੀ ਹਾਂ, ਪੂਰਾ ਮਾਮਲਾ ਕੀ ਹੈ ਲਓ ਖੁਦ ਵੇਖ ਲਓ। ਜੀ ਹਾਂ, ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਵੱਲੋਂ ਸੈਲੀਬ੍ਰਿਟੀ ਦੀਪ ਸਿੰਘ ਅਤੇ ਉਸਦੇ ਦੋ ਸਾਥੀਆਂ ਨੂੰ ਅੱਧਾ ਕਿਲੋ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਤਰਨ ਤਾਰਨ 'ਚ ਮੁਲਜ਼ਮਾਂ ਨੂੰ ਨਸ਼ੇ ਸਮੇਤ ਦਬੋਚਿਆ ਗਿਆ ਹੈ। ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੁਲਜ਼ਮਾਂ ਨੂੰ ਤਰਨ ਤਾਰਨ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਦੇ ਵੱਲੋਂ ਦੀਪ ਸਿੰਘ ਅਤੇ ਉਸਦੇ ਸਾਥੀਆਂ ਦਾ 5 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੁਲਜ਼ਮਾਂ ਤੋਂ ਹੈਰੋਇਨ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਏਗੀ। ਜ਼ਿਕਰ ਖਾਸ ਹੈ ਕਿ ਦੀਪ ਸਿੰਘ ਹੁਣ ਤੱਕ ਕਈ ਫਿਲਮਾਂ 'ਚ ਰੋਲ ਕਰ ਚੁੱਕਾ ਹੈ। ਇਸ ਦੇ ਨਾਲ ਹੀ ਇਹ ਇੰਡੀਆਜ਼ ਗੋਟ ਟੈਲੈਂਟ ਅਤੇ ਅਮੈਰੀਕਾਜ਼ ਗੋਟ ਟੈਲੈਂਟ ਵਰਗੇ ਕਈ ਰਿਐਲਿਟੀ ਸ਼ੋਅਜ਼ 'ਚ ਵੀ ਹਿੱਸਾ ਲੈ ਚੁੱਕਿਆ ਹੈ। ਫਿਲਹਾਲ ਪੁਲਿਸ ਮੁਤਾਬਕ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਮੁਲਜ਼ਮ ਕਿੱਥੋਂ ਨਸ਼ਾ ਲਿਆਉਂਦੇ ਸੀ ਅਤੇ ਕਿੱਥੇ ਇਹ ਨਸ਼ਾ ਸਪਲਾਈ ਕਰਦੇ ਸੀ। ਉੱਥੇ ਹੀ ਤੁਹਾਨੂੰ ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਦੀਪ ਸਿੰਘ ਨਾਂ ਦਾ ਇਹ ਮੁਲਜ਼ਮ ਪੰਜਾਬ ਪੁਲਿਸ ਦਾ ਮੁਲਾਜ਼ਮ ਵੀ ਰਹਿ ਚੁੱਕਾ ਹੈ। 500 ਗ੍ਰਾਮ ਰਿਕਵਰ ਹੋਈ ਹੀਰੋਇਨ ਜਿਹੜਾ ਦੀਪ ਆ, ਦੀਪ ਜਠੌਲ ਦਾ ਪਿੰਡ ਦਾ ਕਾਫੀ ਮਸ਼ਹੂਰ ਆ, ਵੈਸੇ ਵੀ ਐਕਟਿਵ ਆ ਅਤੇ ਐਕਟਿਵਲੀ ਇਨਵੋਲਵ ਸੀਗਾ ਜਿੱਦਾਂ ਸਾਰੇ ਇਸ ਮਸਲੇ ਦੇ ਵਿੱਚ, ਅਤੇ ਉਹ ਸਾਰੀ ਰਿਕਵਰੀ ਆ 500 ਗ੍ਰਾਮ ਇਹਦੇ ਵਿੱਚ। ਜੱਜ ਸਾਹਿਬ ਨੇ 5 ਦਿਨ ਦਾ ਦਿੱਤਾ ਰਿਮਾਂਡ, ਫਰਦਰ ਦੇਖਦੇ ਹੋਰ ਕਿਹੜੇ ਕਿਹੜੇ ਇਸ ਚੇਨ ਦੇ ਵਿੱਚ ਅੱਗੇ ਇਨਵੋਲਵ ਹੈਗੇ ਆ, ਐਂਡ ਕਿੱਥੇ ਜਾਣਾ ਸੀਗਾ ਸਾਰਾ, ਕੀ ਨਕਸ਼ਾ ਹੈਗਾ ਸਾਰਾ।